ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਚਨਚੇਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦਾ ਦੌਰਾ ਕੀਤਾ ਤੇ ਇੱਥੇ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਵਾਸਤੇ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਪੁੱਜਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਰਾਤ ਰਹਿਣ ਅਤੇ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸਰਾਵਾਂ ਦੀ ਘਾਟ ਸੰਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਥੋੜ੍ਹੀ ਦਿੱਕਤ ਜ਼ਰੂਰ ਪੇਸ਼ ਆ ਰਹੀ ਹੈ ਤੇ ਜਲਦ ਹੀ ਨਵੀਆਂ ਸਰਾਵਾਂ ਬਣਾ ਕੇ ਇਸ ਦਿੱਕਤ ਨੂੰ ਦੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਦੀ ਪ੍ਰਕਿਰਿਆ ਥੋੜ੍ਹੀ ਗੁੰਝਲਦਾਰ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਜਲਾਸ ਦੌਰਾਨ ਇਸ ਨੂੰ ਸਰਲ ਬਣਾਉਣ ਦਾ ਮਤਾ ਪਾਸ ਕੀਤਾ ਗਿਆ ਹੈ। ਇੱਥੇ ਆਇਆ ਸੀ ਸਾਰਾ ਦੇਖਿਆ ਕਿਉਂਕਿ ਡੇਰਾ ਬਾਬਾ ਨਾਨਕ ਨੂੰ ਸੰਗਤ ਜਿਹੜੀ ਹੈ ਜਦੋਂ ਦਾ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਇੱਥੇ ਵੀ ਸੰਗਤਾਂ ਦੀ ਜਿਹੜੀ ਆਮਦ ਹੈ ਉਹ ਅੱਗੇ ਨਾਲੋਂ ਕਾਫੀ ਵੱਧ ਚੁੱਕੀ ਹੈ। ਰਾਤ ਨੂੰ ਰਿਹਾਇਸ਼ ਵੀ ਕੁਝ ਜਿਹੜੇ ਸੰਗਤ ਆਉਂਦੀ ਆ ਸ਼ਰਧਾਲੂ ਆਉਂਦੇ ਨੇ ਉਹ ਇੱਥੇ ਕਰਦੇ ਨੇ। ਸੋ ਇੱਥੋਂ ਦਾ ਪ੍ਰਬੰਧ ਦੇਖਣ ਵਾਸਤੇ ਸਾਰਾ ਅਸੀਂ ਆਇਆ, ਰਿਹਾਇਸ਼ ਦਾ, ਲੰਗਰ ਦਾ ਸਾਰਾ ਦੇਖਿਆ ਪ੍ਰਬੰਧ ਕਿਸ ਤਰ੍ਹਾਂ ਵਧੀਆ ਪ੍ਰਬੰਧ ਹੋਵੇ ਤਾਂ ਕਿ ਕਿਸੇ ਵੀ ਸ਼ਰਧਾਲੂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਰਹਿਣ ਦੀ, ਲੰਗਰ ਦੀ, ਜਾਣ ਆਉਣ ਦੀ। ਉੱਥੇ ਵਾਸਤੇ ਵੀ ਬੱਸਾਂ ਦਾ ਅਸੀਂ ਪ੍ਰਬੰਧ ਕੀਤਾ ਗਿਆ। ਸੋ ਗੁਰੂ ਨਾਨਕ ਸਾਹਿਬ ਦੀ ਬੜੀ ਹਪਾਰ ਕਿਰਪਾ ਹੋਈ ਹੈ ਕਿ ਲੰਮੇ ਸਮੇਂ ਤੋਂ ਸਾਰੀਆਂ ਸਿੱਖ ਸੰਗਤ ਅਰਦਾਸਾਂ ਕਰਦੀਆਂ ਸੀਆਂ, ਸਿੱਖ ਸੰਗਤ ਦੀ ਆਸਾ ਸੀ ਉਹ ਪੂਰੀ ਹੋਈ ਹੈ, ਅੱਜ ਲਾਂਘੇ 'ਤੇ ਸੰਗਤ ਜਾ ਰਹੀ ਹੈ। ਸੋ ਇਹਦੇ ਲਈ ਅਸੀਂ ਵਿਸ਼ੇਸ਼ ਤੌਰ 'ਤੇ ਇੱਥੇ ਵੀ ਇੱਕ ਖੋਲ੍ਹਾਂਗੇ ਦਫ਼ਤਰ ਤਾਂ ਕਿ ਇੱਥੇ ਫਾਰਮ ਭਰ ਕੇ ਵੱਧ ਤੋਂ ਵੱਧ ਸੰਗਤ ਜਿਹੜੀ ਹੈ ਜਾਣਾ ਚਾਹੁੰਦੀ ਹੈ, ਸ਼ਰਧਾਲੂ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਾ ਆਵੇ ਕਿਉਂਕਿ ਕਈ ਵਾਰ ਸਾਨੂੰ ਪ੍ਰੋਸੀਜਰ ਦਾ ਨਹੀਂ ਪਤਾ ਲੱਗਦਾ। ਆਮ ਤੌਰ 'ਤੇ ਬਹੁਤ ਸਾਰੇ ਇਹ ਮੁਸ਼ਕਲ ਆ ਰਹੀ ਹੈ ਸੰਗਤਾਂ ਨੂੰ ਕਿ ਅਸੀਂ ਪੂਰਾ ਪ੍ਰੋਸੀਜਰ ਵਾਸਤੇ ਫਾਰਮ ਭਰਨ ਵਾਸਤੇ ਵੀ ਕਾਫੀ ਗੁਰਦੁਆਰਿਆਂ ਵਿੱਚ ਵੀ ਅਸੀਂ ਆਪਣਾ ਸਟਾਫ ਪ੍ਰੋਵਾਈਡ ਕੀਤਾ ਹੈਗਾ ਤਾਂ ਕਿ ਸ਼ਰਧਾਲੂ ਜਿਹੜੇ ਨੇ ਉਹ ਫਾਰਮ ਭਰ ਕੇ ਜਿਹੜੇ ਵੀ ਜਾਣਾ ਚਾਹੁੰਦੇ ਨੇ ਔਰ ਉਹ ਜਾ ਸਕਣ। ਉਸ ਤਰ੍ਹਾਂ ਦਾ ਪ੍ਰਬੰਧ ਕਰਨ ਵਾਸਤੇ ਅਸੀਂ ਜਿਹੜਾ ਖਾਸ ਤੌਰ 'ਤੇ ਜਿਹੜਾ ਧਿਆਨ ਦੇ ਰਿਹਾ ਤਾਂ ਕਿ ਵੱਧ ਤੋਂ ਵੱਧ ਸ਼ਰਧਾਲੂਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜਿਹੜੀ ਸਾਰੀ ਸੁਵਿਧਾ ਜਿਹੜੀ ਹੈ ਉਹ ਪ੍ਰਬੰਧ ਕੀਤੀ ਜਾਵੇ। ਕੋਲ ਅਸੀਂ ਦੇਖ ਰਹੇ ਹਾਂ ਜਿਵੇਂ ਜਿਵੇਂ ਵੀ ਕਿੰਨੀ ਕੁ ਸੰਗਤ ਦਾ ਇੱਥੇ ਰਹਿਣ ਦਾ ਪ੍ਰਬੰਧ ਹੈ ਔਰ ਉਹਦੇ ਮੁਤਾਬਕ ਅਸੀਂ ਹੋਰ ਵੀ ਸਰਾਮ ਦਾ ਜਿਹੜਾ ਪ੍ਰਬੰਧ ਕਰਾਂਗੇ ਤਾਂ ਕਿ ਸਰਾਮ ਬਣਾਵਾਂਗੇ। ਜਿਵੇਂ ਜਿਉਂ ਜਿਉਂ ਸੰਗਤ ਵੱਧਦੀ ਜਾਏਗੀ ਉਹਨਾਂ ਦੇ ਵਾਸਤੇ ਰਿਹਾਇਸ਼ ਦਾ ਪ੍ਰਬੰਧ ਜਿਹੜਾ ਹੈ ਕਰਨ ਵਾਸਤੇ ਹੋਰ ਵੀ ਸਰਾਮ ਦਾ ਅਸੀਂ ਸੋਚ ਰਹੇ ਹਾਂ ਵੀ ਇੱਥੇ ਪਲੈਨ ਬਣਾ ਰਹੇ ਹਾਂ ਕਿ ਪ੍ਰਬੰਧ ਕੀਤਾ ਜਾਵੇ। ਸੋ ਜਿਹੜਾ ਰੇਲ ਮੰਤਰੀ ਪਾਕਿਸਤਾਨ ਨੇ ਬਿਆਨ ਦਿੱਤਾ ਹੈ ਬਹੁਤ ਹੀ ਨਿੰਦਣਯੋਗ ਬਿਆਨ ਹੈ ਕਿਉਂਕਿ ਕਰਤਾਰਪੁਰ ਲਾਂਘਾ, ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਲੰਮਾ ਸਮਾਂ ਰਹੇ, ਇਹ ਸਿੱਖਾਂ ਦੀ ਆਸਥਾ ਨਾਲ ਜੁੜਿਆ ਹੋਇਆ ਔਰ ਸਿੱਖਾਂ ਦੀ ਸ਼ਰਧਾ ਨਾਲ ਜੁੜਿਆ ਹੋਇਆ। ਬੜੇ ਲੰਮੇ ਸਮੇਂ ਤੋਂ ਸਾਰੀ ਸੰਗਤ ਅਰਦਾਸਾਂ ਕਰਦੀ ਸੀ, ਉਹਦੇ ਅਰਦਾਸਾਂ ਦੇ ਸਦਕਾ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਲਾਂਘਾ ਖੁੱਲ੍ਹਿਆ। ਅੱਜ ਸ਼ਰਧਾਲੂ ਜਿਹੜੇ ਨੇ ਉੱਥੇ ਸੰਗਤ ਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਔਰ ਦੋਨਾਂ ਸਰਕਾਰਾਂ ਦੇ ਯਤਨਾਂ ਨਾਲ ਇਹ ਲਾਂਘਾ ਖੁੱਲ੍ਹਿਆ, ਪਾਕਿਸਤਾਨ ਦੀ ਅਤੇ ਭਾਰਤ ਸਰਕਾਰ ਦੀ। ਸੋ ਮੈਂ ਸਮਝਦਾ ਇਹ ਇੱਕ ਧਾਰਮਿਕ ਮੁੱਦਾ, ਐਸੇ ਬਿਆਨ ਨਹੀਂ ਦੇਣੇ ਚਾਹੀਦੇ ਜਿਸ ਬਿਆਨ ਦਾ ਅਸਰ ਜਿਹੜਾ ਇਸ ਲਾਂਘੇ 'ਤੇ ਹੋਵੇ ਜਾਂ ਕਿਸੇ ਕਿਸਮ ਦੀ ਕੋਈ ਅੜਚਨ ਇਸ ਲਾਂਘੇ ਦੇ ਵਿੱਚ ਆਵੇ। ਸੋ ਇਹ ਸਿਆਸੀ ਬਿਆਨ ਨੇ, ਇਹਦੇ ਸਿਆਸਤ ਨਹੀਂ ਕਰਨੀ ਚਾਹੀਦੀ, ਇਹ ਨਰੋਲ ਜਿਹੜਾ ਹੈ ਧਾਰਮਿਕ ਮੁੱਦਾ। ਇਹ ਸੰਗਤ ਨੂੰ ਹਜੇ ਔਰ ਕਿਉਂਕਿ ਜਿਹੜਾ ਪ੍ਰੋਸੀਜਰ ਹੈਗਾ ਉਹ ਬੜਾ ਗੁੰਝਲਦਾਰ ਹੈ। ਅਸੀਂ ਇਹ ਆਪਣੇ ਜਰਨਲ ਅਜਲਾਸ ਸਾਡਾ ਹੋਇਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਵਿੱਚ ਇੱਕ ਮਤਾ ਪਾਇਆ ਸੀ ਕਿ ਇਹਨੂੰ ਸਰਲ ਬਣਾਇਆ ਜਾਵੇ ਤਾਂ ਕਿ ਸੰਗਤਾਂ ਨੂੰ ਆਉਣ ਜਾਣ 'ਤੇ ਕਿਸੇ ਵੀ ਕੋਈ ਅਡਿਚਨ ਨਾ ਹੋਵੇ। ਅਸੀਂ ਤਾਂ ਇਸ ਤੱਕ ਵੀ ਕਿਹਾ ਸੀ ਕਿ ਜਿਹੜੀ ਇਹਦੇ 'ਤੇ ਸ਼ਰਤ ਲਾਈ ਗਈ ਹੈ ਕਿ ਪਾਸਪੋਰਟ ਦੀ, ਇਹ ਵੀ ਖਤਮ ਹੋਣੀ ਚਾਹੀਦੀ ਹੈ ਤਾਂ ਕਿ ਸੰਗਤਾਂ ਖੁੱਲ੍ਹੇ ਤੌਰ 'ਤੇ ਉੱਥੇ ਜਾ ਸਕਣ।